ਬਤੂਲ ਦੀ ਕਾਰ ਵਿੱਚ ਝਾੜੂ ਫੇਰ ਰਹੀਆਂ ਨੇ ਤੇ ਸਿਰ ਦੇ ਵਿੱਚ ਧੂੜ ਪੈ ਰਹੀ ਹੈ। ਕੋਲੋਂ ਦੀ ਜਨਾਬ ਸਲਮਾਨ ਫਾਰਸੀ ਦਾ ਗੁਜ਼ਰ ਹੋਇਆ ਤੇ ਸਲਮਾਨ ਫਾਰਸੀ ਕਹਿੰਦੇ ਨੇ ਕਿ ਭੈਣ ਫਿਜ਼ਾ, ਮੈਨੂੰ ਲੱਗਦਾ ਹੈ ਮੇਰੀ ਤੁਹਾਡੇ ਨਾਲੋਂ ਸ਼ਾਨ ਜ਼ਿਆਦਾ ਹੈ। ਤੇ ਪਾਕ ਫਿਜ਼ਾ ਫਰਮਾਉਂਦੇ ਨੇ, ਨਹੀਂ ਸਲਮਾਨ, ਮੇਰੀ ਸ਼ਾਨ ਜ਼ਿਆਦਾ ਹੈ। ਇਹ ਗੁਫ਼ਤਗੂ ਹੋ ਰਹੀ ਹੈ ਤੇ ਪਾਕ ਫਿਜ਼ਾ ਨੇ ਫਰਮਾਇਆ ਕਿ ਅੱਛਾ ਭਾਈ ਸਲਮਾਨ, ਤੁਸੀਂ ਦੱਸੋ ਕਿ ਤੁਹਾਡੀ ਸ਼ਾਨ ਕਿਸ ਤਰ੍ਹਾਂ ਜ਼ਿਆਦਾ ਹੈ। ਤੇ ਹਜ਼ਰਤ ਸਲਮਾਨ ਕਹਿੰਦੇ ਨੇ ਕਿ ਤਮਾਮ ਨਬੀਆਂ ਦੇ ਸਰਦਾਰ ਨੇ ਇਹ ਫਰਮਾਇਆ ਕਿ ਸਲਮਾਨ ਮੇਰੀ ਅਹਿਲੇ ਬੈਤ ਵਿੱਚੋਂ ਲਾਈਵ ਹੈ ਉੱਤੇ ਹਜ਼ਰਤ ਸਲਮਾਨ ਕਹਿੰਦੇ ਨੇ ਫਿਜ਼ਾ, ਇਹ ਜਿਹੜੀ ਤੇਰੇ ਸਿਰ ਵਿੱਚ ਧੂੜ ਹੈ ਇਹ ਤੇਰੇ ਤਖ਼ਤ ਨਾਲੋਂ ਚੰਗੀ ਹੈ। ਪਾਕ ਫਿਜ਼ਾ ਫਰਮਾਉਂਦੇ ਨੇ, ਆ ਮੈਂ ਤੈਨੂੰ ਦੱਸਾਂ। ਸੈਯਦਾਂ ਨੇ
ਸਨੈਨ ਕੋਲੋਂ ਮਾਂ ਸੱਤ ਵਾਰ ਆਈਆਂ ਉੱਥੇ ਤੇ ਤੁਸੀਂ ਹਾਕਮ ਇੱਥੇ ਆ ਕੇ ਬਣੀਏ ਮਹਿਕੂਮਾ ਇੱਥੋਂ ਦੀ ਜ਼ਿੰਦਗੀ ਵਿੱਚ ਤੇ ਉੱਥੋਂ ਦੀ ਜ਼ਿੰਦਗੀ ਵਿੱਚ ਕੋਈ ਫਰਕ ਲੱਗਿਆ ਤਾਂ ਤੇ ਪਾਪ ਫਿਜ਼ਾ ਫਰਮਾਉਂਦੇ ਨੇ ਲੱਗਦੀ ਜ਼ਿੰਦਗੀ ਮੇਰੇ ਵੱਲ ਗੌਰ ਕਰ ਮੇਰੀ ਇੱਕ ਜ਼ਿਆਰਤ ਸਹਾਰਾ ਦੀ ਉੱਥੇ ਵੀ ਹਰ ਮੰਜ਼ਿਲ Yeah.
ਹੁਸੈਨ ਖੇਡਾ ਲਿਆਈਆਂ ਸੁੱਕੇ ਪੁੱਤਰ।